ਅੱਜ ਦੀ ਔਰਤ ਪੜ੍ਹੀ ਲਿਖੀ ਜਾਹਿਲ ਨਹੀਂ, ਜਾਹਿਲ ਕਰੋੜ ਦਰਜੇ ਚੰਗੀ ਹੈ। ਜਾਹਿਲ ਜਿਹੜੀ ਸਕੂਲ ਨਹੀਂ ਪੜ੍ਹੀ ਉਹ ਪੜ੍ਹੀ ਨਾਲੋਂ ਕਰੋੜ ਦਰਜੇ ਚੰਗੀ ਹੈ। ਕਿਉਂ? ਉਹਨੇ ਆਪਣੇ ਮਾਲ ਜਾਨ ਇੱਜ਼ਤ ਦੀ ਹਿਫਾਜ਼ਤ ਕੀਤੀ ਹੈ। ਔਰਤ ਨੇ ਨਾਰਾ ਲਾਇਆ, ਮੇਰਾ ਜਿਸਮ ਤੇ ਮਰਜ਼ੀ ਮੇਰੀ। ਇਸਲਾਮ ਦਾ ਕੀ ਅਸੂਲ ਹੈ? ਇਹ ਜਿਸਮ ਰੱਬ ਦਾ ਹੈ, ਇਹਦੇ ਤੇ ਮਰਜ਼ੀ ਰੱਬ ਦੀ ਚੱਲੇਗੀ, ਨਾਲੇ ਰੱਬ ਦੇ ਰਸੂਲ ਦੀ ਚੱਲੇਗੀ। ਇਹ ਜਿਸਮ ਰੱਬ ਨੇ ਤੁਹਾਨੂੰ ਅਮਾਨਤ ਦਿੱਤਾ ਹੈ ਔਰ ਇਹਦੇ ਤੇ ਮਰਜ਼ੀ ਰੱਬ ਤੇ ਰੱਬ ਦੇ ਰਸੂਲ ਦੀ ਹੋਏਗੀ। ਇਹ ਜਿਸਮ ਤੇ ਮਰਜ਼ੀ ਆਪਣੀ ਨਹੀਂ ਹੋਏਗੀ। ਜਿਹੜਾ ਨਬੀ ਪਾਕ ਅਲੈਹਿ ਸਲਾਤੁ ਵਸਲਾਮ ਦੇ ਹੁਕਮ ਦੀ ਖਿਲਾਫ ਵਰਜ਼ੀ ਕਰਦਾ ਹੈ, ਪਰਦੇ ਦਾ ਇਹਤਮਾਮ ਨਹੀਂ ਕਰਦੀ ਬੀਬੀ, ਮੁਸਲਮਾਨ ਔਰਤ ਜਿਹੜੀ ਪਰਦੇ ਦਾ ਇਹਤਮਾਮ ਨਾ ਕਰੇ, ਉਹਦੇ ਬਾਰੇ ਵਿੱਚ ਨਬੀ ਪਾਕ ਅਲੈਹਿ ਸਲਾਤੁ ਵਸਲਾਮ ਨੇ ਫਰਮਾਇਆ, ਮੇਰਾਜ ਦੀ ਰਾਤ ਮੈਂ ਇੱਕ ਔਰਤਾਂ ਦੀ ਜਮਾਤ ਦੇ ਕੋਲੋਂ ਗੁਜ਼ਰਿਆ ਵਾ, ਉਹਨਾਂ ਦੇ ਚਿਹਰੇ ਕਾਲੇ ਸਿਆਹ ਨੇ, ਅੱਖਾਂ ਨੀਵੀਆਂ ਨੇ, ਅੱਖ ਦੇ ਕੱਪੜੇ ਪਾਏ ਹੋਏ ਨੇ, ਬੂਥੀਆਂ ਕਾਲੀਆਂ, ਅੱਖਾਂ ਨੀਲੀਆਂ, ਅੱਗ ਦੇ ਕੱਪੜੇ ਪਾਏ ਹੋਏ ਨੇ। ਫਰਿਸ਼ਤੇ ਉਹਨਾਂ ਨੂੰ ਅੱਗ ਦੀਆਂ ਗੁਰਜ਼ਾਂ ਦੇ ਨਾਲ ਮਾਰ ਰਹੇ ਨੇ ਔਰ ਉਹਨਾਂ ਦੀਆਂ ਆਵਾਜ਼ਾਂ ਕੁੱਤਿਆਂ ਦੀ ਤਰ੍ਹਾਂ ਨਿਕਲ ਰਹੀਆਂ ਨੇ। ਨਬੀ ਪਾਕ ਸਲਾਤੁ ਵਸਲਾਮ ਨੇ ਫਰਮਾਇਆ, ਜਿਬਰੀਲ ਜਿਬਰੀਲ ਅਰਜ਼ ਕਰਦਾ, ਸੋਨਾ ਹੁਕਮ ਹੋਵੇ। ਜਿਬਰੀਲ ਅਮੀਨ ਅਲੈਹਿ ਸਲਾਤੁ ਵਸਲਾਮ ਨੂੰ ਕਰੀਮ ਆਕਾ ਅਲੈਹਿ ਸਲਾਮ ਨੇ ਪੁੱਛਿਆ, ਜਿਬਰੀਲ ਇਹ ਬਦਬਖਤ ਔਰਤਾਂ ਕੌਣ ਨੇ, ਇਹਨਾਂ ਦਾ ਜੁਰਮ ਕੀ ਏ? ਅੱਲਾ ਦੇ ਨਬੀ ਨੂੰ ਪਤਾ ਸਾਰਾ ਕੁਝ, ਮਗਰ ਅੱਲਾਹ ਦਾ ਨਬੀ ਪੁੱਛ ਰਿਹਾ ਏ, ਜਿਬਰੀਲ ਦੱਸ ਰਹੇ ਨੇ ਤਾਂ ਕਿ ਕਾਇਨਾਤ ਵਾਲਿਆਂ ਨੂੰ ਪਤਾ ਚੱਲ ਜਾਏ ਉਹ ਡਿੱਗੀਆਂ ਕੌਣ ਨੇ। ਜਿਬਰੀਲ ਅਰਜ਼ ਕਰਦਾ, ਸੋਨਾ ਇਹ ਤੁਹਾਡੀ ਉਮਰ ਦੀਆਂ ਉਹ ਬਦਬਖਤ ਔਰਤਾਂ ਨੇ ਜਿਹੜੀਆਂ ਕੱਪੜੇ ਪਾਉਣ ਦੇ ਬਾਵਜੂਦ ਨੰਗੀਆਂ ਨਜ਼ਰ ਆਉਂਦੀਆਂ ਸੀ ਔਰ ਆਪਣਾ ਚਿਹਰਾ